है, मैंने कोई छड़न भी नहीं आया। दस भी इन्ना नहीं पता लगता भी सहुरे जाना वा तो अं छड ही आईए, पुछदी है ना जरा के जाके इन्हें, तेन कोई छड़न भी नहीं आ सकता। जबान लड़ा बोली बोलन डे पी मम्मी, मैं बोली नहीं बोलन डी, मैं सच बोलन डी। जे मेरे मुंडे नूं पता लग गया भी कल्ली तुरी आउण डी बस अड्डे तो चंगी लगदी है तुरी आउंदी। ओ मम्मी रहन दो जिदा दे तुसी है ना उदा दे टाडा मुंडा वा, हुण नहीं मैं डरदी ओदे तो। उहनां ने केड़ी पट्टी पढ़ाती है तेनू भी जिहड़ा तेनू डर नहीं आउंदा? ओ मम्मी उहनां ने कोई पट्टी नहीं पढ़ाई हैगी, दो दिन उत्थे रह के आ गई आ तू जबान ही लड़ाउण डै पई गाड़ी। मम्मी की होया जे नहीं टाइम हैगा सी, हुण डैडी दा नहीं सी टाइम हैगा, ओह ते लड़े नहीं मेरे नाल जाके कि तेरा सोहरा नहीं लैके आ जां तेरी सस नहीं आई, सारे जने ब्याह जी ना करदे ओहनां दा खर्चा लैके आउंदा जानदा चंगा। फर्ज मम्मी तुहाडा वा ब्याह कि हुण मैं इत्थे आई आ ना कि उत्थे, साडा ते हुण झोला लगणा हर तो नहीं जाया गया, हुण मेरा मुंडा इत्थे नहीं हैगा ते ओहने तेरे भरा ने ही लैण आउणा सी जां तेरे प्यो ने लैण आउणा सी। सारे जने उत्थे पता किन्नियां गल्लां करदे सी कि तेरा सस सोहरा नहीं आए, ते हुण मैनूं ते पता सी कि तुसीं पैसिआं करके नहीं गए कि किते सगन ना देणा पै जाए। आहो हुण तैनूं इहो जिहे सुपने आउण डै पए आ ना ਵੀ ਮੈਂ ਪੈਸੇ ਦੇਣ ਦੀ ਮਾਰੀ ਨਹੀਂ ਗਈ, ਵਾਧੂ ਮੇਰੇ ਕੋਲ ਪੈਸੇ, ਵਾਧੂ ਮੇਰਾ ਮੁੰਡਾ ਘਲਾਉਣ ਡਿਆ, ਖਬਰ ਦਾ ਜੇ ਇਹੋ ਜਿਹੀ ਗੱਲ ਕੀਤੀ ਤੇ। ਆਹੋ ਕਿ ਤਾਂ ਹੀ ਸੂਟ ਬਣਾ ਦਿੱਤੇ ਸੀ ਨਾ ਮੈਨੂੰ, ਸਾਰੇ ਸੂਟ ਮੇਰੀ ਮੰਮੀ ਨੇ ਬਣਾ ਕੇ ਦਿੱਤੇ ਆ, ਹੁਣ ਮੈਨੂੰ ਕਿਉਂ ਦੇ ਕੇ ਤੇ ਤੋਰੇ ਬੈਗ ਭਰ ਕੇ ਤੇ ਖੜਿਆ ਹੀ ਨਾ ਪਾਸ ਕਰੋ ਨਾ, ਕਿਤੇ ਚਾਹ ਨਾ ਕਿਤੇ ਪਾਣੀ ਤੇ ਹੁੰਦੇ ਮੇਰੇ ਨਾਲ ਲੜਾਈ ਕਰਨ ਡੈ ਪਏ ਤੁਸੀਂ। ਆਹੋ ਹੁਣ ਤੈਨੂੰ ਮੈਂ ਨਿੰਬੂ ਪਾਣੀ ਨਾ ਬਣਾ ਕੇ ਦਵਾਂ, ਉੱਠ ਕੇ ਤੇ ਪੀ ਲਾ, ਨਾਲੇ ਆ ਕੱਪੜੇ ਬਦਲ ਲਾ ਨਵੇਂ ਖਰਾਬ ਹੁੰਦੇ ਆ। ਇੰਨਾ ਕਿੱਥੇ ਕਰਮਾਂ ਤੋਂ ਸੁੱਖ ਗਈ ਪਾਣੀ ਮਿਲੇ, ਬਸ ਜ਼ਬਾਨ ਲੜਾਉਣੀ ਸਿੱਖ ਲਈ ਆ, ਪਹਿਲਾਂ ਚੰਗੀ ਭਲੀ ਕੀ ਪਤਾ ਉਹਨਾਂ ਨੇ ਕੀੜੀ ਪੱਟੀ ਪੜਾਈ ਆ। ਆ ਨਾਲੇ ਆਪਣਾ ਬੈਗ ਜਿਹਾ ਚੁੱਕ ਕੇ ਲੈ ਜਾ ਅੰਦਰ। तेन पता तेरी सस का जिदा का सुभाव, तू सस चलो कोई नी डैडी जी, खलारा बड़ा पिया तेन पता ही है, भी बड़ी आई ना राती चाह पानी मिले। हाँ जी, हाँ जी, हाँ जी, चंगा। हेलो, हाँ कि मैं ठीक हाँ, तो हद हुई तेरे वाली, महीने महीने बाद फोन कर डे पी हाँ। नहीं किन्ना का काम आ, किन्ना का काम आ मैनूं दस, पहला तू कहनी काम ज्यादा है, चल दूजे दिन तीजे दिन फोन कर लेंदी ही, ये थोड़ी होने का मतलब कि तू हुण महीने महीने बाद फोन करेंगी। बस ठीक आ, घट कर लिया कर, ठीक आ अपने वास्ते करना है ना, तू घट कर लिया कर काम। मैनूं सारा पता है, ठीक है ना? आहो हाँ, की गल हुई दस, मैं जदों जी करूँगा फोन लाऊंगी। आ की गल हुई, व्याह करवाया मैं, बज्जी दी गल थोड़ी आ। नहीं आ कोई गल करन वाली है तेरी, चल ठीक है मैं नहीं बोलदा उच्ची, चल फोन तो ला लिया कर तू। क्यों नहीं टाइम हैगा तू, आ की गल हुई है? हैलो हैलो
ਕਿਹਦੇ ਨਾਲ ਲੜੀ ਜਾਂਦਾ ਆ? ਲੜਨਾ ਕਿਹਦੇ ਨਾਲ ਆ? ਓਹਦਾ ਆਇਆ ਬਾਹਰੋਂ ਫੋਨ ਇੰਨੇ ਦਿਨਾਂ ਬਾਅਦ। ਤੇ ਕੀ ਕਹਿੰਦੀ ਆ? ਕਹਿਣਾ ਕੀ ਕਹਿੰਦੀ? ਮੈਨੂੰ ਫੋਨ ਨਾ ਕਰਿਆ ਕਰ। ਚੱਲ ਦੇ ਗਈ ਜਵਾਬ? ਜਵਾਬ ਕੀ ਦੇਣਾ ਆ, ਧੋਖਾ ਦੇ ਦਿੱਤਾ ਕਿ ਮੈਨੂੰ ਨੀ ਅੱਜ ਤੋਂ ਬਾਅਦ ਫੋਨ ਕਰਨ ਦੀ ਲੋੜ। ਹਾਂ ਹੁਣ ਅਸੀਂ ਕੀ ਕਰਾਂਗੇ, ਅਸੀਂ ਤੇ ਨਖੱਤੀ ਦੇ ਪਿੱਛੇ ਸਾਰਾ ਹੀ ਪੈਸਾ ਝੋਕ ਦਿੱਤਾ ਆ, ਹੁਣ ਸਾਡਾ ਕਿਹੜਾ ਟਿਕਾਣਾ ਰਹਿ ਗਿਆ ਆ? ਕਰਨਾ ਕੀ ਆ, ਜਿੰਦਿਆਂ ਜੀ ਮਾਰ ਕੇ ਤੇ ਰੱਖਤਾ ਸਾਨੂੰ ਕਿ। ਹੁਣ ਇੱਦਾਂ ਕਰੀਏ, ਇਹਦੇ ਮਾਂ ਪਿਓ ਕੋਲ ਚੱਲੀਏ ਤੇ ਦਈਏ ਉਹਦੇ ਤੇ ਪਰਚਾ ਜਾ ਕੇ ਕਿ ਆ ਤੁਹਾਡੀ ਕੁੜੀ ਨੇ ਕਿਹੜੀ ਕਰਤੂਤ ਕੀਤੀ ਆ। ਮਾਂ ਪਿਓ ਨੇ ਵੀ ਕੀ ਪਤਾ ਫੜੇ ਜਾਣਾ ਕਿ ਨਹੀਂ ਹੈਗਾ, ਉੱਥੇ ਹੈਗੇ ਕਿ ਨਹੀਂ, ਉਹਨਾਂ ਨਾਲ ਕਿਹੜੀ ਗੱਲਬਾਤ ਹੁੰਦੀ ਆ ਸਾਡੀ ਇੰਨੀ ਕੁ। ਅਸੀਂ ਤਾਂ ਲੁੱਟੇ ਗਏ, ਅਸੀਂ ਸ਼ਰੀਕੇ 'ਚ ਕਿੱਥੇ ਨੱਕ ਦੇਵਾਂਗੇ? ਜਿਹੜੇ ਤੋਂ ਧੇਲੇ ਹੈਗੇ ਸੀ ਉਹ ਵੀ ਲਾ ਬੈਠੇ ਇਹਦੇ ਉੱਤੇ। ਹੁਣ ਤਾਂ ਕੋਲ ਵੀ ਕੁਛ ਨਹੀਂ ਰਿਹਾ ਗਿਆ, ਪਹਿਲਾਂ ਵਿਆਹ 'ਤੇ ਖਰਚਾ ਕਰਤਾ, ਮੁੜ ਕੇ ਇਹਦੀਆਂ ਫੀਸਾਂ ਭਰ ਦਿੱਤੀਆਂ ਸਾਨੂੰ, ਮੈਨੂੰ ਤਾਂ ਅੱਗੇ ਸੋਝਦੀ ਸੀ ਜਦੋਂ ਮਹੀਨੇ ਮਹੀਨੇ ਪਿੱਛੋਂ ਫੋਨ ਡਿਆ ਵੀ ਸੀ ਕਰਨ। ਮੈਂ ਤੈਨੂੰ ਕਹਿੰਦੀ ਸੀ ਵੀ ਇਹਦੇ ਦਿਲ 'ਚ ਕੋਈ ਬੇਈਮਾਨੀ ਹੈਗੀ ਓ, ਇਹਨੇ ਕੋਈ ਲੱਭ ਲਏ ਖਤਮ ਹੋਰ ਬਾਹਰ, ਜਿਹੜੀ ਫੋਨ ਘੱਟ ਕਰਦੀ ਆ ਤੈਨੂੰ। ਤੈਨੂੰ ਵੀ ਉਦੋਂ ਨੇਰ ਚੜਿਆ ਸੀ, ਬਸ ਆਈਲੈਟਸ ਵਾਲੀ ਕੁੜੀ ਚਾਹੀਦੀ, ਆਈਲੈਟਸ ਵਾਲੀ ਕੁੜੀ ਚਾਹੀ ਲੱਲਾ, ਹੁਣ ਆਈਲੈਟਸ ਵਾਲੀ ਕੁੜੀ ਦਾ। ਮੈਨੂੰ ਕਹਦਾ ਨੇਰ ਚੜਿਆ ਸੀ, ਦੱਸ ਆਪ ਵੀ ਤੂੰ ਤਾਂ ਕਹਿੰਦੇ ਸੀ ਕਿ ਬਾਹਰ ਚੱਲ ਜਾਂਗੇ ਸਾਰੇ ਜਾਣੇ। ਮੈਨੂੰ ਇਹ ਗੱਲ ਦਾ ਪਤਾ ਸੀ ਵੀ ਇਹਨੇ ਇਹ ਕਰਤੂਤ ਕਰਨੀ ਆ। ਮੈਂ ਪਹਿਲਾਂ ਤਾਂ ਤੈਨੂੰ ਇਹੋ ਹੀ ਕਹਿੰਦੀ ਹਾਂ ਕਿ ਚੰਗੀ ਪੜ੍ਹੀ ਕੁੜੀ ਲਿਖੀ ਲੱਭ ਲਈਏ ਸੀ ਅਤੇ ਆਪੇ ਕੋਈ ਇੱਥੇ ਨੌਕਰੀ ਕਰ ਲੈਂਦੀ। ਕੀ ਕਰੀਏ ਫਿਰ ਹੁਣ? ਹੁਣ ਕੀ ਕਰਨਾ, ਹੁਣ ਤਾਂ ਘਰ ਜੋਗੇ ਨਹੀਂ ਰਹਿ ਗਏ, ਸ਼ਰੀਕਾਂ ਨੇ ਸਾਨੂੰ ਮਿਹਣੇ ਮਾਰ 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 ਦੇਣਾ ਵਾ, ਨਾਲੇ ਤੈਨੂੰ ਬੱਜੀ ਕਰ ਦਿੱਤਾ ਵਾ। ਮੈਂ ਤਾਂ ਕਾਹੇ ਜੋਗਾ ਨਹੀਂ ਰਿਹਾ, ਸਾਡੇ ਨਾਲ ਤਾਂ ਉਹ ਗੱਲ ਹੋਈ, ਗੋਲਾਂ ਤੋਂ ਵੀ ਰਹਿ ਗਏ ਅਤੇ ਸ਼ਾਹ ਵੇਲਿਓਂ ਵੀ ਰਹਿ ਗਏ। ਨਖੱਤੀ ਨੇ ਸਾਨੂੰ ਤਾਂ ਪੁੱਟ ਕੇ ਰੱਖ ਦਿੱਤਾ ਆ, ਕਿਤੇ ਆਉਂਦੇ ਆ ਹੁਣ ਅਸੀਂ ਉਹਨਾਂ ਪੈਰਾਂ ਦੇ ਉੱਤੇ। ਤਾਂਹੀਓ ਤਾਂ ਸਿਆਣੇ ਕਹਿੰਦੇ ਆ ਵੀ ਨਾ ਮੁੰਡੇ ਬਾਹਰ ਘਲਾਓ, ਇੱਦਾਂ ਆਪ ਪੜ੍ਹਾਈ ਲਿਖਾਈ ਕਰਕੇ ਤਾਂ ਬਾਹਰ ਜਾਣ। ਪਾਣੀ ਧਾਣੀ ਪੁੱਛਣ ਦਾ ਕੋਈ ਫਿਕਰ ਨੀ ਆ, ਸਕੂਟਰੀ ਦਾ ਚਾ ਚੜ ਗਿਆ ਆਉਂਦੇ ਆਈ, ਪਾਣੀ ਲਿਆਨੀ ਹੁਣ ਆਈ। ਉਹ ਮੇਰਾ ਮਾਉਂ ਬੈਠੂ ਗਿਆ ਸਕੂਟਰੀ ਦੇ ਉੱਤੇ, ਆਜੋ ਚਲੋ ਚਲੋ ਬਿਠਾ ਦੋ ਨਾ। ਪਾਪਾ ਨੇ ਸਕੂਟਰੀ ਲਿਆ ਕੇ ਦਿੱਤੀ ਮੇਰੇ ਪੁੱਤ ਨੂੰ। ਹੋ ਟਿੱਡਾ ਤੇ ਡਰ ਗਿਆ ਸੀ ਲੱਗਦਾ, ਉਹ ਮੇਰਾ ਪੁੱਤ ਤੇ ਡਰ ਗਿਆ ਸੀ। ਆਜੋ ਫਿਰ, ਉਹਨੇ ਨਹੀਂ ਆਉਣਾ। ਖਾ ਲਓ ਪਾਣੀ, ਚਲ ਫੜੋ ਇਹਨੂੰ। ਸਕੂਟਰੀ ਧੋਣ ਵਾਲੀ ਆ ਉਦਾਂ, ਹੈ ਨਾ? ਠੀਕ ਆ ਨਾ, ਚਲ ਆ ਜਾ ਫਿਰ ਸਿਖਾਵਾਂ ਤੈਨੂੰ ਮੈਂ, ਧਿਆਨ ਨਾਲ ਮੈਂ ਸਿੱਖ ਲਊਂਗੀ ਨਾ। ਹੇ ਖੇਡੋ ਨਾ, ਮੇਰੇ ਪੁੱਤ ਨੂੰ ਛੋੜਾ ਲੱਗਾ ਸੀ। ਆਪਾਂ ਮੰਮਾ ਨੇ ਹੁਣ ਚਲਾਇਆ ਕਰਨੀ, ਮੰਮਾ ਨੇ ਲਿਆ ਗਿਆ ਕਰਨਾ ਨਾਲ, ਜਿਵੇਂ ਅੱਗੇ ਖਲੋ ਜਾ। ਚਲ ਆ ਜਾ ਹੁਣ ਪਖੰਡ ਨਾਲ। ਚਲੋ 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 ਮੈਂ ਆ ਗਈ। ਚਲ ਚੱਲ ਚੱਲ ਚੜਾ ਕੋਈ ਮੈਂ ਨਹੀਂ ਚੜਾਉਣੀ, ਮੈਂ ਡਰ ਲੱਗਦਾ ਖਤਮ ਹੋਣਾ। ਚੱਲ ਇੱਧਰ ਰੇੜ ਕੇ ਚੜਾ ਲੈ, ਮੈਂ ਨਾਲ ਹੀ ਹਾਂ, ਨਹੀਂ ਨਹੀਂ ਸਟਾਰਟ ਕਰਕੇ ਚਲੋ।
ਪਵਿੱਤਰ ਹਾਂਜੀ ਕੈਨੇਡਾ ਜਾਣਾ ਕੈਨੇਡਾ ਉਹ ਬੜੇ ਵੀਜ਼ੇ ਲੱਗਣ ਦੇ ਹੁੰਦੇ ਉਹ ਮੈਂ ਵੀ ਆਈਲੈਂਡਸ ਵਾਲੀ ਕੁੜੀ ਲੱਭਣ ਆ ਲੱਭ ਗਈ ਫਿਰ ਕੋਈ ਨਹੀਂ ਕਿਉਂ ਕਿਹਾ ਸੀ ਨਾ ਜੇ ਜਾਊਗਾ ਤਾਂ ਨਾਂ ਬਦਲਾ ਦੀ ਨਾ ਸਹੀ ਗਿਆ ਜੀ ਉਹ ਕਿਹਦਾ ਨਾਂ ਬਦਲਾਈ ਜਾਂਦੇ ਮੁੰਡਿਓ ਚਾਚਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਵਾ ਬਸ ਵਧੀਆ ਕਿਹੜੇ ਗੱਲਾਂ ਕਰ ਤੁਸੀਂ ਚਾਚਾ ਤੈਨੂੰ ਨਹੀਂ ਪਤਾ ਨਹੀਂ ਆਹ ਤੁਰਿਆ ਫਿਰ ਇੰਡੀਆ ਹੀ ਕੈਨੇਡਾ ਵਾਲਾ ਅਗਲੀ ਵੇਚ ਵੱਟ ਕੇ ਸਾਰਾ ਕੁਝ ਗਾਂ ਗਈ ਹੈ ਤੇ ਇਹਨੂੰ ਪੁੱਛਿਆ ਵੀ ਨਹੀਂ ਉਹਦੇ ਔਰ ਤੁਹਾਡਾ ਭਲਾ ਹੋ ਜੀ ਤੁਹਾਨੂੰ ਕਿੱਥੋਂ ਪਤਾ ਲੱਗਾ ਵਾ ਚਾਚਾ ਗੱਲ ਵੀ ਲੁਕੀ ਰਹਿੰਦੀ ਆ ਉਹ ਚਲੋ ਕੰਜਰਾ ਹੈ ਨਾ ਮਖੌਲ ਕਰੇ ਉਹਨੂੰ ਉਹ ਗੱਲਾਂ ਬੜੀਆਂ ਕਰਦਾ ਸੀ ਉਹ ਚੱਲ ਕੋਈ ਗੱਲ ਨਹੀਂ ਕਹਿੰਦਾ ਕੈਨੇਡਾ ਜਾਣਾ ਕੈਨੇਡਾ ਪਹੁੰਚ ਗਿਆ ਜੀ ਪਨੀਰ ਪਾਣੀ ਲਿਆਈ ਪੁੱਤ ਫੇਰਾ ਮਾਰਿਆ ਮੰਮੀ ਉਹ ਫੇਰਾ ਕੀ ਮਾਰਨਾ ਵਾ ਮੈਂ ਤੇ ਹੋਰ ਹੀ ਕੁਛ ਸੁਣਿਆ ਤੈਨੂੰ ਪਤਾ ਲੱਗਾ ਕਿ ਗੱਲ ਦਾ ਨਾ ਉਹ ਵਿੱਕੀ ਦੀ ਘਰ ਦੀ ਧੋਖਾ ਦੇ ਗਈ ਉਹਨਾਂ ਨੂੰ ਹੁਣ ਲੈ ਮੈਨੂੰ ਤਾਂ ਪਹਿਲਾਂ ਪਤਾ ਸੀ ਕਿ ਇਦਾਂ ਹੀ ਹੋਣਾ ਵਾ ਇਦਾਂ ਕਰਦੀਆਂ ਹੁੰਦੀਆਂ ਵਾ ਕੁੜੀਆਂ ਪਰ ਨਹੀਂ ਬੜਾ ਮਾੜਾ ਹੋਇਆ ਵਿਚਾਰਿਆਂ ਨਾਲ ਕੀ ਹੋਇਆ ਡੈਡੀ ਜੀ ਉਹ ਵਿੱਕੀ ਦੀ ਘਰ ਦੀ ਧੋਖਾ ਦੇ ਗਈ ਉਹਨੂੰ ਹਾਂ ਹਾਏ ਇਦਾਂ ਕਰਨਾ ਨਹੀਂ ਸੀ ਚਾਹੀਦਾ ਉਹਨੂੰ ਉਹ ਵਿਚਾਰਾ 30-35 ਲੱਖ ਰੁਪਇਆ ਕਰਜ਼ਾ ਚੁੱਕ ਕੇ ਲਾਇਆ ਪੈਸਾ ਉੱਤੇ ਪਹਿਲਾਂ ਆਪਣੇ ਮੁੰਡੇ ਪੜ੍ਹਦੇ ਨਹੀਂ ਆ ਤੇ ਆਈਲੈਂਡਸ ਵਾਲੀ ਕੁੜੀ ਲੱਭਣ ਤੋਰ ਪੈਂਦੇ ਆ ਤੇ ਜਦੋਂ ਪੰਡ ਪੈਸਿਆਂ ਦੀ ਲੈ ਕੇ ਤਾਂ ਅਗਲੀਆਂ ਮੁੱਕਰ ਜਾਂਦੀਆਂ ਉੱਥੇ ਬਹਿ ਕੇ ਤੇ ਮੁੜ ਕੇ ਮੱਥੇ ਨੂੰ ਹੱਥ ਮਾਰਨ ਦਾ ਕੀ ਫਾਇਦਾ ਉਹ ਚੱਲ ਜੇ ਮੁੱਕਰਨਾ ਸੀ ਉਹਨੂੰ ਗਰੀਬ ਨੂੰ ਵਿਚਾਰੀ ਨੂੰ ਲੈ ਜਾਂਦੀ ਉੱਥੇ ਜਾ ਕੇ ਤਲਾਕ ਤਲੂਕ ਦੇਣੀ ਜੋ ਵੀ ਉਹਨੇ ਕਰਨਾ ਸੀ ਡੈਡੀ ਜੀ ਉੱਦਾਂ ਨਾ ਇੰਨਾ ਕਰਕੇ ਨਾ ਦੂਜੀਆਂ ਵੀ ਬਦਨਾਮ ਹੋਈਆਂ ਹੁੰਦੀਆਂ ਸਾਰੀਆਂ ਬਦਨਾਮ ਹੋ ਜਾਂਦੀਆਂ ਇੱਕ ਦੇ ਕਰਕੇ ਤੂੰ ਚੁੱਪ ਕਰ ਤੂੰ ਜਾ ਕੇ ਆਪਣਾ ਕੰਮ ਕਰ ਤੂੰ ਲੱਗੀ ਵਿੱਚ ਇਹ ਬੋਲਣ ਤੂੰ ਸਹੀ ਕਹਿੰਦੀ ਆ ਕਿਉਂ ਜਿਹੜੀਆਂ ਕੁੜੀਆਂ ਵਿਚਾਰੀਆਂ ਇੱਥੇ ਕੰਮ ਧੰਦਾ ਕਰਨ ਵਾਲੀਆਂ ਉਹਨਾਂ ਦਾ ਵਿਸ਼ਵਾਸ ਚੁੱਕਿਆ ਜਾਂਦਾ ਵਾ ਹੁਣ ਜੇ ਤੂੰ ਹੀ ਮੰਨ ਲਾ ਆਪਣੀ ਗੱਲ ਕਰ ਲਾ ਹੁਣ ਉਹ ਵਿਚਾਰੀ ਪੜ੍ਹੀ ਲਿਖੀ ਸਭ ਕੁਛ ਕੀਤਾ ਤੂੰ ਉਹਨੂੰ ਨੌਕਰੀ ਕਰਨ ਦਿੰਦੀ ਹੈ ਤੇਰੇ ਮਨ 'ਚ ਕਿਤੇ ਨਾ ਕਿਤੇ ਇਹ ਹੋਣਾ ਵਾ ਕਿ ਬਾਹਰ ਅੰਦਰ ਜਾਊਗੀ ਫਿਰੂ ਤੁਰੂਗੀ ਮੇਰੇ ਗਾੜੀ ਬੋਲੂਗੀ ਨਹੀਂ ਡੈਡੀ ਜੀ ਪਹਿਲਾਂ ਵਿਆਹ ਤੋਂ ਪਹਿਲਾਂ ਕਹਿੰਦੇ ਆ ਕਿ ਪੜ੍ਹੀ ਲਿਖੀ ਕੁੜੀ ਚਾਹੀਦੀ ਆ ਅਤੇ ਆਪਾਂ ਨੌਕਰੀ ਕਰਾਵਾਂਗੇ ਵਿਆਹ ਤੋਂ ਬਾਅਦ 'ਚ ਨੌਕਰੀ ਵੀ ਨਹੀਂ ਕੋਈ ਕਰਾਉਣੀ ਹੁੰਦੀ ਤੂੰ ਚੁੱਪ ਕਰ ਤੂੰ ਨਾ ਵਿੱਚ ਬੋਲਿਆ ਕਰ ਜਾ ਕੇ ਕੋਈ ਕੰਮ ਕਰ ਤੁਸੀਂ ਕੀ ਉਹਦੇ ਸਾਹਮਣੇ ਡੈ ਪੈਂਦੇ ਆ ਦੁਨੀਆ ਦੀ ਹੋਰ ਘੱਟ ਕੁੜੀਆਂ ਵਿਗੜੀਆਂ ਜੋ ਹੋਰ ਉਹਨੂੰ ਵੀ ਵਿਗਾੜਨ ਡੇ ਦੇ ਉਹਦੇ ਸਾਹਮਣੇ ਗੱਲਾਂ ਕਰ ਕਰਕੇ ਕਲਾਪਾ ਚੱਲੀ ਗਈ ਉਹ ਤਾਂ 2 ਮਿੰਟ ਕੇ ਕੱਲੀ ਜਾਏਗੀ ਹੁਣ ਉਧਰ ਕੀ ਕਰਨ ਜਾਣਾ ਵਾ ਜੋ ਉਹਨੇ ਕਰਨਾ ਸੀ ਉਹ ਤਾਂ ਉਹਨੇ ਕਰਤਾ ਉਹਨਾਂ ਨੂੰ ਚਾਹੇ ਤਲਾਸਾ ਲੂਸੂ ਆ ਦਈਏ ਚੰਦ ਸਰੀਫ ਛੇਤੀ ਗੱਲ ਚਲੀਏ ਬਸ ਬਸ ਚਲੋ ਮੈਂ ਤਿਆਰ ਹਾਂ ਕਹਾ ਚਾਹੀਦਾ ਕੋਈ ਕੋਲ ਦੇ ਦੋ ਫਿਰ ਬੋਤੇ ਹਾਂ ਹਾਂ ਤੇ ਜਾਂਦੇ ਤੇ ਤੁਸੀਂ ਮੇਰੇ ਨਾਲ ਚੱਲ ਜਾਓਗੇ ਤੇ ਹੁੰਦੇ ਆ ਕਿਦਾਂ ਆਉਂਗੇ ਅਸੀਂ ਜਾਣਾ ਵਾ ਜਾਣ ਦਾ ਕੰਮ ਕਿਸੇ ਦੇ ਹੱਥ ਦਾ ਵਾ ਆਉਣ ਦੀ ਤੁਹਾਡੀ ਆਪਣੀ ਆ ਤੂੰ ਸਕੂਟਰੀ ਲੈ ਕੇ ਆ ਜੀ ਮੈਂ ਆ ਜਾਊਂਗਾ ਹੁੰਦਿਆਂ ਕਿਸੇ ਨਾ ਕਿਸੇ ਦੇ ਨਾਲ ਰੋਟੀ ਸੱਚ ਤੁਹਾਡੀ ਆਓ ਰੋਟੀ ਕੋਈ ਨਹੀਂ ਮੈਂ ਫੜ ਲੈਣਾ ਚੱਲ ਤੂੰ ਸਕੂਟਰੀ ਚਲਾ ਨਹੀਂ ਮੈਨੂੰ ਡਰ ਲੱਗਦਾ ਉਹਨੂੰ ਨਾ ਚਲਾ ਨਹੀਂ ਹੁੰਦਾ ਜਾਂਦਿਆਂ ਮੇਰੇ ਨਾਲ ਜਾਊਗੀ ਤੇ ਆਉਂਦਿਆਂ ਆਪਣੇ ਉਹਨੂੰ ਯਕੀਨ ਜਾ ਜਾਊਗਾ ਚਲਾ 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 ਕੋਈ ਗੱਲ ਨਹੀਂ ਚੱਲ ਧਿਆਨ ਨਾ ਆਈ ਹੁੰਦਿਆਂ ਤੂੰ ਕੱਲੀ ਹੋਣਾ ਆ ਠੀਕ ਆ ਮੰਮੀ ਚੰਗਾ ਮੰਮਾ ਚੰਗਾ ਚੰਗਾ ਬੁੱਗੇ ਬਾਏ ਮਾਨੂ ਮੈਨੂੰ ਮਿਲ ਗਈ ਜੱਜ ਮੇਰੀ ਤਨਖਾਹ ਲਓ ਵਾਹਿਗੁਰੂ ਦਾ ਨਾਮ ਕਿੰਨੇ ਨੇ ਇਹ ਮੰਮੀ 7000 ਸਾਡੇ ਦੋਵਾਂ ਦੇ ਚ ਇੱਕ ਜਾਣੇ ਦੇ ਨਾਲ ਘਰ ਦਾ ਖਰਚਾ ਚੱਲੀ ਜਾਊਗਾ ਇੱਕ ਜਾਣਾ ਸਾਂਭੀ ਜਾਂਦੇ ਆ ਤੇ ਹੁਣ ਆਉਂ ਕਰੀਏ ਕਿ ਰੇਤਾ ਬਜਰੀ ਦਾ ਵੀ ਸਟਾਉਣ ਹੈ
ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਵੀ ਘਰ ਬਣ ਜਾਏਗਾ। ਨਹੀਂ ਬੜਾ ਸੋਹਣਾ ਬਣ ਜਾਣਾ, ਸਭ ਕੁਛ ਹੋ ਜਾਣਾ ਤੇ ਨਾਲੇ ਸਭ ਤੋਂ ਵੱਡਾ ਵਹਿਮ ਇਹ ਨਿਕਲ ਜਾਏਗਾ ਕਿਉਂਕਿ ਜਿਹੜਾ ਘਰ ਬਾਰ ਵਾ ਉਹ ਬਾਹਰ ਦੀ ਕਮਾਈਆਂ ਨਾਲ ਹੀ ਪੈਂਦੇ ਆ, ਇੱਥੇ ਨਹੀਂ ਇਹਨਾਂ ਨਾਲ ਪੈਂਦੇ। ਹੁਣ ਪਾ ਕੇ ਦੱਸਣਾ ਇੱਥੋਂ ਦੀ ਕਮਾਈ ਕਰਕੇ। ਬਾਕੀ ਉੱਥੇ ਫੈਕਟਰੀ ਦੇ ਵਿੱਚ ਵੀ ਮੇਰਾ ਕੰਮ ਬਹੁਤ ਪਸੰਦ ਆਇਆ ਉਹਨਾਂ ਨੂੰ। ਅੱਛਾ, ਤਨਖਾਹ ਵਧਾ ਦੇਣਗੇ? ਤਨਖਾਹ ਵੱਧ ਜਾਏਗੀ, ਅਗਲੇ ਦੋਵਾਂ ਚੌਵਾਂ ਮਹੀਨਿਆਂ ਤੱਕ ਵੱਧ ਜਾਏਗੀ ਜ਼ਰੂਰ ਤਨਖਾਹ। ਬਾਕੀ ਸਾਲ ਬਾਅਦ ਤਾਂ ਵਧਣੀ ਵਧਣੀ ਆ, ਜਿਹੜੀ ਪੱਕੀ ਵਧਣੀ ਆ। ਫਿਕਰ ਨਾ ਕਰੋ, ਤੁਸੀਂ ਵੇਖਿਓ ਸਹੀ ਤੂੰ ਕਿੱਡਾ ਕਰਮਾਂ ਵਾਲਾ ਪੋਤਾ ਸਾਡਾ। ਲੈਣ ਦਿਓ, ਇਹਨੇ ਖਾ ਜਾਣੇ ਜੇ ਸਾਰੇ। ਪੰਜਵੀਂ ਤੱਕ ਕਹਿੰਦੇ ਬੱਚਿਆਂ ਨੂੰ ਪੜ੍ਹਾਉਣਾ ਆ। ਹੋਰ ਨਾਲੇ ਤੁਹਾਡੀ ਮਗਰ ਨਹੀਂ, ਮੰਮੀ ਸੰਭਾਲ ਲੈਂਦੇ ਉਹਨੂੰ ਮਾੜਾ ਜਿਹਾ ਕਰਦੀ, ਤੈਨੂੰ ਪਤਾ ਨਿਆਣਿਆਂ ਦਾ ਹਨਾ। ਘਰ ਵੀ ਤੇ ਵਿਹਲਿਆਂ ਨੇ ਕੀ ਕਰਨਾ ਹੁੰਦਾ, ਤੇ ਚਾਰ ਪੈਸੇ ਬਣਦੇ ਆ ਤੇ ਬੰਦਾ ਹਨਾ। ਮੈਂ ਤੇ ਬੜਾ ਜ਼ੋਰ ਲਾਇਆ ਇਹਨਾਂ ਦੀ ਸੋਚ ਦੱਸਾਂਗੀ ਆ ਕਿ ਨਹੀਂ, ਜੇ ਬਾਹਰ ਜਾਊਗੀ ਤੇ ਇਹਨੇ ਵਿਗੜ ਜਾਣਾ ਵਾ। ਤੇ ਤੁਹਾਡੇ ਬਾਰੇ ਵੀ ਬੜੀਆਂ ਗੱਲਾਂ ਕਰਦੇ ਆ, ਜਿਹੜੀ ਚਾਚੀ ਆ ਇਹ ਵੀ ਬੜੀਆਂ ਗੱਲਾਂ ਕਰਦੇ, ਜਿਹੜੀਆਂ ਇਕੱਠੀਆਂ ਹੋ ਕੇ ਇਹਦੀਆਂ ਗੱਲਾਂ ਕਰਦੀਆਂ, ਕਦੀ ਕਿਸੇ ਦੀ ਨੂੰ ਦੀ, ਕਦੀ ਕਿਸੇ ਦੀ ਨੂੰ ਦੀ। ਅਸੀਂ ਨਹੀਂ ਪਰਵਾਹ ਕਰਦੇ, ਕਰਨੀ ਵੀ ਨਹੀਂ ਚਾਹੀਦੀ ਉਹਦਾ। ਹੋਰ ਸਾਨੂੰ ਕਿਹੜਾ ਕਿਸੇ ਨੇ ਦੇਣ ਆਉਣਾ ਖਾਣ ਨੂੰ, ਕਿਸੇ ਨੇ ਤੇ ਆਪਾਂ ਕਮਾਵਾਂਗੇ ਤੇ ਖਾਵਾਂਗੇ। ਇਹ ਗੱਲ ਵਧੀਆ, ਗੱਲਾਂ ਤੇ ਸਾਰੇ ਇੱਕ ਦੂਜੇ ਨੂੰ ਕਰੀ ਜਾਂਦੇ। ਨਾਲੇ ਇਹ ਵੀ ਹੈ ਨਾ ਕਿ ਚਾਚੀ ਜੀ ਬੜੇ ਚੰਗੇ ਆ ਨਾ, ਤੁਹਾਡਾ ਕਿੰਨਾ ਸਾਥ ਦਿੰਦੇ ਮੰਮੀ। ਹਾਂ ਬਹੁਤ ਚੰਗੇ ਹੈ ਨਾ। ਚਲੋ ਵਧੀਆ ਚਾਹੀਦਾ ਵਾ, ਸਾਡੀ ਕਿਤੇ ਇਹ ਮਾਸਾ ਵੀ ਸਾਥ ਦਿੰਦੇ। ਗੱਲਾਂ ਪੈਸਾ ਵਰਤਣ ਵੀ ਨਹੀਂ ਦੇਣਾ, ਪੈਸਾ ਨਹੀਂ ਵਰਤਣ ਦੇਣਾ, ਨਾ ਪੈਸਾ ਕੱਢਣਾ ਹੀ ਆ। ਤੇ ਇਹ ਕਹਿਣਾ ਵਾ ਕਿ ਬਸ ਗੁਜ਼ਾਰਾ ਕਰ ਲਓ, ਇੱਦਾਂ ਇੰਨਾ ਠੀਕ ਆ, ਇੱਦਾਂ ਠੀਕ ਆ, ਇੱਦਾਂ ਠੀਕ ਆ। ਪਰ ਤੁਹਾਡਾ ਇਹ ਨਾ ਚਲੋ ਮਜ਼ੇ ਨਾਲ ਜਾਂਦੇ ਹਾਂ, ਆਪਣੀ ਕਮਾਈ ਕਰਦੇ ਹਾਂ। ਹੋਰ ਅਸੀਂ ਤਾਂ ਮਨਪਸੰਦ ਦੀ ਚੀਜ਼ ਆਪਣੇ ਮਨਪਸੰਦ ਦੀ ਲਿਆਈ ਦੀ ਆ, ਜਿੱਦਾਂ ਦੀ ਮਰਜ਼ੀ। ਹੁਣ ਮਹਾਰਾਜ ਨੇ ਚੱਲ ਜੀ ਦੱਸਾਂ ਕੀ ਇਹ ਗੱਲਾਂ ਘਰ ਵਿਹਲਿਆਂ ਨੂੰ ਵੀ ਕਰੀ ਜਾਣੀਆਂ ਲੋਕਾਂ ਨੇ, ਤੇ ਕਮਾਈ ਕਰਨ ਵਾਲਿਆਂ ਨੇ ਵੀ ਕਰੀ ਜਾਣੀਆਂ, ਬਾਹਰ ਵਾਲਿਆਂ ਨੇ ਵੀ। ਸੱਚ ਮੈਂ ਤੁਹਾਡੀਆਂ ਗੱਲਾਂ 'ਚ ਬਿਜ਼ੀ ਹੋ ਗਈ, ਆਪਾਂ ਤਾਂ ਜਾਣਾ ਆ ਕੰਮ ਤੇ, ਫਿਰ ਲੇਟ ਹੋ ਜਾਣਾ ਨਾ। ਯਾਰ ਆਹ ਕਿੰਨਾ ਸੋਹਣਾ ਆਪਣਾ ਟਾਈਮ ਪਾਸ ਕਰਨ ਡੀ ਆ ਨਾ, ਨੌਕਰੀ ਕਰਕੇ 8-10 ਹਜ਼ਾਰ ਰੁਪਈਆ ਤਨਖਾਹ ਲੈ ਕੇ ਆਪਣੀ ਕੁੜੀ ਨੂੰ ਵੀ ਕਿੰਨਾ ਖੁਸ਼ ਰੱਖਦੀ ਆ, ਸੱਸ ਨੂੰ ਵੀ ਕਿੰਨਾ ਖੁਸ਼ ਰੱਖਦੀ ਆ, ਕਿੰਨੇ ਸੋਹਣੇ ਆਪਣੇ ਸ਼ੌਂਕ ਵੀ ਪੂਰੇ ਕਰਦੇ ਆ। ਦੂਜੇ ਪਾਸੇ ਇਹ ਆ ਕਿ ਲੋਕ ਕਿੰਨੀਆਂ ਇਹਨਾਂ ਨੂੰ ਗੱਲਾਂ ਕਰਦੇ ਆ ਕਿ ਇਹ ਨੌਕਰੀ ਕਰਨ ਚੱਲ ਜਾਂਦੀ ਆ, ਕਿ ਕੰਮ ਸਾਰਾ ਸੱਸ ਕਰੇ, ਕਿ ਕੁੜੀ ਵੀ ਸੱਸ ਸਾਂਭੇ। ਪਰ ਕਿੰਨਾ ਤਰਸ ਹੁੰਦਾ ਨਾ ਉੱਦਾਂ ਕਿ ਲੋਕ ਇੱਦਾਂ ਕਿਉਂ ਗੱਲਾਂ ਕਰਦੇ ਆ। ਇੱਕ ਪਾਸੇ ਮੇਰੀ ਸੱਸ ਆ ਕਹਿੰਦੀ ਨੂੰਹ ਵੀ ਪੜ੍ਹੀ ਲਿਖੀ ਹੋਣੀ ਚਾਹੀਦੀ ਆ ਪਰ ਕੰਮ ਨਾ ਕਰੇ, ਕਿਉਂ ਕਿ ਇਹੋ ਜਿਹੇ ਲੋਕਾਂ ਨੇ ਬਾਹਰ ਕਹਿਣਾ ਵਾ ਕਿ ਇਹਨਾਂ ਦੀ ਨੂੰਹ ਵਿਗੜ ਗਈ ਆ। ਪਤਾ ਨਹੀਂ ਕਿੱਦਾਂ ਦੀ ਸੋਚ ਆ, ਪਰ ਨਾ ਇਹ ਸਮਾਜ ਦੀ ਸੋਚ ਨਹੀਂ ਬਦਲ ਸਕਦੀ, ਸੋਚ ਇੰਨੀ ਘਟੀਆ ਵਾ ਨਾ, ਉਹਨੇ ਏਰੀਏ 'ਚ ਰਹਿ ਕੇ ਉੰਨੀ ਕੁ ਸੋਚ ਬਣਾਈ ਹੋਈ ਆ ਇਹਨਾਂ ਨੇ। ਜਿੰਨਾ ਮਰਜ਼ੀ ਇਹਨਾਂ ਨੂੰ ਕਹਿ ਲਓ ਨਾ ਕਿ ਪੜ੍ਹੇ ਲਿਖੇ ਆ ਪੜ੍ਹੇ ਲਿਖੇ, ਪਰ ਨਾ ਇਹਨਾਂ ਦੀ ਸੋਚ ਨਹੀਂ ਬਦਲ ਸਕਦੀ। ਕੀ ਕਰਨਾ ਫਿਰ,